ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ। ਦੱਸ ਦਈਏ ਕਿ ਦੋ ਹਥਿਆਰਬੰਦ ਲੁਟੇਰੇ ਬੈਂਕ ਦੇ ਵਿੱਚ ਆਏ ਔਰ ਉਹਨਾਂ ਦੇ ਵੱਲੋਂ ਬੈਂਕ ਦੇ ਵਿੱਚ 8 ਲੱਖ ਦਾ ਡਾਕਾ ਮਾਰਿਆ ਗਿਆ। ਜਾਂਦੇ ਜਾਂਦੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਇਹ ਲੁਟੇਰੇ ਨਾਲ ਲੈ ਗਏ। ਤਰਨ ਤਾਰਨ ਦੇ ਕਸਬਾ ਝਵਾਲ ਦਾ ਪੂਰਾ ਮਾਮਲਾ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਦੋ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, 8 ਲੱਖ ਲੁੱਟ ਕੇ ਲੁਟੇਰੇ ਇੱਥੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚ ਗਏ ਨੇ। ਤਾਂ ਦੱਸ ਦਈਏ ਕਿ ਦੋ ਲੁਟੇਰਿਆਂ ਦੇ ਵੱਲੋਂ ਜਿਨ੍ਹਾਂ ਦੇ ਕੋਲ ਹਥਿਆਰ ਸੀ ਬੈਂਕ ਦੇ ਵਿੱਚ ਦਾਖਲ ਹੋਏ, ਬੰਦੀ ਬਣਾ ਕੇ ਮੁਲਾਜ਼ਮਾਂ ਨੂੰ ਇਹਨਾਂ ਦੇ ਵੱਲੋਂ 8 ਲੱਖ ਰੁਪਏ ਇੱਥੋਂ ਲੁੱਟੇ ਗਏ, ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਜਾਂਦੇ ਸਿਕਿਉਰਿਟੀ ਗਾਰਡ ਦੀ ਰਾਈਫਲ ਵੀ ਇਹ ਲੁਟੇਰੇ ਆਪਣੇ ਨਾਲ ਲੈ ਗਏ। ਦੱਸ ਦਈਏ ਕਿ ਤਰਨ ਤਾਰਨ ਦੇ ਕਸਬਾ ਝਬਾਲ ਦਾ ਇਹ ਪੂਰਾ ਮਾਮਲਾ, ਅੰਮ੍ਰਿਤਸਰ ਰੋਡ ਤੇ ਇਹ ਬੈਂਕ ਹੈ ਜਿੱਥੇ ਇਹਨਾਂ ਲੁਟੇਰਿਆਂ ਦੇ ਵੱਲੋਂ 8 ਲੱਖ ਦੀ ਲੁੱਟ ਕੀਤੀ ਗਈ ਔਰ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੋ ਲੁਟੇਰਿਆਂ ਦੇ ਵੱਲੋਂ, ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ, 8 ਲੱਖ ਰੁਪਏ ਲੈ ਕੇ ਇੱਥੋਂ ਫਰਾਰ ਹੋ ਗਏ। ਜਾਂਦੇ ਜਾਂਦੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਆਪਣੇ ਨਾਲ ਲੈ ਗਏ। ਕਰੀਬ 2:47 ਦੇ ਦੋ ਨੌਜਵਾਨ ਆਉਂਦੇ ਆ, ਹੈਲਮਟ ਪਾਈ ਹੋਈ ਹੈ, ਮੋਟਰਸਾਈਕਲ ਦੇ ਉੱਤੇ ਅੰਦਰ ਆ ਕੇ ਰਾਈਫਲ ਖੋਹ ਲੈਂਦੇ ਆ ਗਾਰਡ ਦੀ। ਰਾਈਫਲ ਖੋਹਣ ਤੋਂ ਬਾਅਦ ਉਹ ਦੋਨਾਂ ਕੋਲ ਪਿਸਟਲ ਜਾਂ ਰਿਵਾਲਵਰ ਹੈ ਹੱਥ 'ਚ, ਥਰੈਟ ਕਰਕੇ ਜਿੰਨਾ ਕੈਸ਼ ਕਾਊਂਟਰ 'ਤੇ ਸੀਗਾ, ਕੈਸ਼ ਕਾਊਂਟਰ 'ਤੇ 8 ਤੋਂ 9 ਲੱਖ ਰੁਪਏ ਦੇ ਕਰੀਬ ਦੱਸ ਰਹੇ ਆ, ਐਗਜੈਕਟ ਅਕਾਊਂਟ ਹਜੇ ਕਰ ਰਹੇ ਹੈ, ਉਹ ਲੈ ਕੇ ਉਹਦੀ ਜਿਹੜੀ ਰਾਈਫਲ ਹੈ ਗਾਰਡ ਦੀ ਉਹ ਵੀ ਲੈ ਜਾਂਦੇ ਆ। ਔਰ ਉਹਦੇ ਮਗਰ ਇਹ ਪਿੱਛੋਂ ਗਾਰਡ ਅਤੇ ਇੱਕ ਕੋਈ ਕਸਟਮਰ ਹੈ ਉਹ ਵੀ ਪਿੱਛਾ ਕਰਦੇ, ਨਾਲ ਪੁਲਿਸ ਪਾਰਟੀ ਨੂੰ ਵੀ ਇਤਲਾਹ ਹੋ ਜਾਂਦੀ, ਉਹ ਵੀ ਜਾਂਦੇ ਆ। ਬਟ ਉਹ ਅੱਗੇ ਮੋਟਰਸਾਈਕਲ ਟੋਲ ਪਲਾਜ਼ਾ ਦੇ ਨੇੜੇ ਪਹਿਲੇ ਛਿੱਟ ਕੇ ਉੱਥੋਂ ਅੱਗੇ ਇੱਕ ਵਾਈਟ ਕਲਰ ਦੀ ਬਰੀਜ਼ਾ ਗੱਡੀ 'ਚ ਚੜ੍ਹ ਜਾਂਦੇ ਆ। ਹਜੇ ਲੱਗੇ ਹਾਂ ਜੀ, ਇਹਦੇ 'ਚ ਤਾਂ ਜੋ ਹੈਗਾ ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ, ਬਾਕੀ ਅਸੀਂ ਸਾਰਾ ਦੇਖ ਰਹੇ ਹਾਂ। ਕਿੰਨੀ ਅਮਾਊਂਟ ਹੈ ਜਿਹੜੀ? 8 ਤੋਂ 9 ਲੱਖ ਰੁਪਇਆ ਜੀ। ਅੱਛਾ, ਕਿੰਨੇ ਕੁ ਬੰਦੇ ਹੈਗੇ ਸੀ? 2 ਜਣੇ ਸੀਗੇ ਜੀ, ਬਾਕੀ ਅੱਗੇ ਹੁਣ ਦੇਖ ਰਹੇ ਹਾਂ ਜਿਹੜੀ ਬਰੀਜ਼ਾ ਗੱਡੀ ਹੈ ਬਹੁਤ ਸੌਖੀ, ਗਨ ਸ਼ਾਟ ਕੋਈ ਨਹੀਂ ਪਾਇਆ। ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ। ਦੱਸ ਦਈਏ ਕਿ ਦੋ ਹਥਿਆਰਬੰਦ ਲੁਟੇਰੇ ਬੈਂਕ ਦੇ ਵਿੱਚ ਆਏ ਔਰ ਉਹਨਾਂ ਦੇ ਵੱਲੋਂ ਬੈਂਕ ਦੇ ਵਿੱਚ 8 ਲੱਖ ਦਾ ਡਾਕਾ ਮਾਰਿਆ ਗਿਆ। ਜਾਂਦੇ ਜਾਂਦੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਇਹ ਲੁਟੇਰੇ ਨਾਲ ਲੈ ਗਏ। ਤਰਨ ਤਾਰਨ ਦੇ ਕਸਬਾ ਝਵਾਲ ਦਾ ਪੂਰਾ ਮਾਮਲਾ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਦੋ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, 8 ਲੱਖ ਲੁੱਟ ਕੇ ਲੁਟੇਰੇ ਇੱਥੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚ ਗਏ ਨੇ। ਤਾਂ ਦੱਸ ਦਈਏ ਕਿ ਦੋ ਲੁਟੇਰਿਆਂ ਦੇ ਵੱਲੋਂ ਜਿਨ੍ਹਾਂ ਦੇ ਕੋਲ ਹਥਿਆਰ ਸੀ ਬੈਂਕ ਦੇ ਵਿੱਚ ਦਾਖਲ ਹੋਏ, ਬੰਦੀ ਬਣਾ ਕੇ ਮੁਲਾਜ਼ਮਾਂ ਨੂੰ ਇਹਨਾਂ ਦੇ ਵੱਲੋਂ 8 ਲੱਖ ਰੁਪਏ ਇੱਥੋਂ ਲੁੱਟੇ ਗਏ, ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਜਾਂਦੇ ਸਿਕਿਉਰਿਟੀ ਗਾਰਡ ਦੀ ਰਾਈਫਲ ਵੀ ਇਹ ਲੁਟੇਰੇ ਆਪਣੇ ਨਾਲ ਲੈ ਗਏ। ਦੱਸ ਦਈਏ ਕਿ ਤਰਨ ਤਾਰਨ ਦੇ ਕਸਬਾ ਝਬਾਲ ਦਾ ਇਹ ਪੂਰਾ ਮਾਮਲਾ, ਅੰਮ੍ਰਿਤਸਰ ਰੋਡ ਤੇ ਇਹ ਬੈਂਕ ਹੈ ਜਿੱਥੇ ਇਹਨਾਂ ਲੁਟੇਰਿਆਂ ਦੇ ਵੱਲੋਂ 8 ਲੱਖ ਦੀ ਲੁੱਟ ਕੀਤੀ ਗਈ ਔਰ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੋ ਲੁਟੇਰਿਆਂ ਦੇ ਵੱਲੋਂ, ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ, 8 ਲੱਖ ਰੁਪਏ ਲੈ ਕੇ ਇੱਥੋਂ ਫਰਾਰ ਹੋ ਗਏ। ਜਾਂਦੇ ਜਾਂਦੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਆਪਣੇ ਨਾਲ ਲੈ ਗਏ। ਕਰੀਬ 2:47 ਦੇ ਦੋ ਨੌਜਵਾਨ ਆਉਂਦੇ ਆ, ਹੈਲਮਟ ਪਾਈ ਹੋਈ ਹੈ, ਮੋਟਰਸਾਈਕਲ ਦੇ ਉੱਤੇ ਅੰਦਰ ਆ ਕੇ ਰਾਈਫਲ ਖੋਹ ਲੈਂਦੇ ਆ ਗਾਰਡ ਦੀ। ਰਾਈਫਲ ਖੋਹਣ ਤੋਂ ਬਾਅਦ ਉਹ ਦੋਨਾਂ ਕੋਲ ਪਿਸਟਲ ਜਾਂ ਰਿਵਾਲਵਰ ਹੈ ਹੱਥ 'ਚ, ਥਰੈਟ ਕਰਕੇ ਜਿੰਨਾ ਕੈਸ਼ ਕਾਊਂਟਰ 'ਤੇ ਸੀਗਾ, ਕੈਸ਼ ਕਾਊਂਟਰ 'ਤੇ
8 ਤੋਂ 9 ਲੱਖ ਰੁਪਏ ਦੇ ਕਰੀਬ ਦੱਸ ਰਹੇ ਆ। ਐਗਜ਼ੈਕਟ ਅਕਾਊਂਟ ਹਜੇ ਕਰ ਰਹੇ ਹਾਂ। ਉਹ ਲੈ ਕੇ ਉਹਦੀ ਜਿਹੜੀ ਰਾਈਫਲ ਹੈ ਗਾਰਡ ਦੀ ਉਹ ਵੀ ਲੈ ਜਾਂਦੇ ਔਰ ਉਹਦੇ ਮਗਰ ਇਹ ਪਿੱਛੋਂ ਗਾਰਡ ਅਤੇ ਇੱਕ ਕੋਈ ਕਸਟਮਰ ਹੈ ਉਹ ਵੀ ਪਿੱਛਾ ਕਰਦੇ, ਨਾਲ ਪੁਲਿਸ ਪਾਰਟੀ ਨੂੰ ਵੀ ਇਤਲਾਹ ਹੋ ਜਾਂਦੀ, ਉਹ ਵੀ ਜਾਂਦੇ ਆ। ਬਟ ਉਹ ਅੱਗੇ ਮੋਟਰਸਾਈਕਲ ਟੋਲ ਪਲਾਜ਼ਾ ਦੇ ਨੇੜੇ ਪਹਿਲੇ ਸਿੱਟ ਕੇ ਉੱਥੋਂ ਅੱਗੇ ਇੱਕ ਵਾਈਟ ਕਲਰ ਦੀ ਬਰੀਜ਼ਾ ਗੱਡੀ 'ਚ ਚੜ੍ਹ ਜਾਂਦੇ ਆ। ਹਜੇ ਲੱਗੇ ਹਾਂ ਜੀ, ਇਹਦੇ 'ਚ ਤਾਂ ਜੋ ਹੈਗਾ ਉਹ ਤਾਂ ਤੁਹਾਨੂੰ ਦੱਸ ਹੀ ਦਿੱਤ, ਬਾਕੀ ਅਸੀਂ ਸਾਰਾ ਦੇਖ ਰਹੇ ਹਾਂ। ਕਿੰਨੀ ਅਮਾਊਂਟ ਹੈ ਜਿਹੜੀ 8 ਤੋਂ 9 ਲੱਖ ਰੁਪਏ ਜੀ? ਅੱਛਾ, ਕਿੰਨੇ ਕੁ ਬੰਦੇ ਹੈਗੇ ਸੀ? ਦੋ ਜਣੇ ਸੀਗੇ ਜੀ, ਬਾਕੀ ਅੱਗੇ ਹੁਣ ਦੇਖ ਰਹੇ ਜਿਹੜੀ ਬਰੀਜ਼ਾ ਗੱਡੀ ਹੈ।